ਆਪਣੀ ਰਾਖੀ ਆਪ ਕਰੋ, ਕਿਸਾਨਾਂ ਦੇ ਹੱਕ ਦਿਓ, ਕਿਸਾਨਾਂ ਦੇ ਹੱਕ ਦਿਓ, ਆਪਣੀ ਰਾਖੀ ਆਪ ਕਰੋ। ਆਪਣਾ ਸ਼ੰਭੂ ਬਾਰਡਰ ਤੇ ਸਾਡੇ ਕਿਸਾਨਾਂ ਨਾਲ ਧੱਕਾ ਹੋਇਆ ਰਾ ਹਰਿਆਣੇ ਵੱਲੋਂ ਕੀਤਾ ਗਿਆ ਲਾਠੀ ਚਾਰਜ ਥਰੂ ਗੈਸ, ਜੋ ਉਹਦੇ ਵਿਰੁੱਧ ਵਿੱਚ ਅੱਜ ਅੰਮ੍ਰਿਤਸਰ ਵੱਲਾ ਬਾਈ ਫਾਟਕ ਤੇ ਇਹ ਜਾਮ ਕੀਤਾ ਗਿਆ। ਕਿੰਨੇ ਤੋਂ ਕਿੰਨੇ ਆ ਜਿਹੜਾ ਰਸਤਾ ਰੋਕਿਆ ਗਿਆ? ਇਹ 12 ਤੋਂ 3 ਵਜੇ ਤਾਈਂ। ਤੇ ਤੁਹਾਨੂੰ ਲੱਗਦਾ ਕਿ ਉਸ ਤੋਂ ਬਾਅਦ ਤੁਹਾਡਾ ਮਸਲਾ ਹੋਵੇਗਾ, ਕਿਉਂਕਿ ਕਈ ਵਾਰ ਵੀ ਕਿਸਾਨਾਂ ਨੇ ਧਰਨਾ ਪ੍ਰਦਰਸ਼ਨ ਕੀਤਾ ਹੈ, ਪਰ ਹਰ ਵਾਰ ਉਹਨਾਂ ਨੂੰ ਕੋਈ ਨਾ ਕਿਸੇ ਕਰਕੇ ਉਹਨਾਂ ਨੂੰ ਧਰਨੇ ਚੁੱਕਣੇ ਪੈਂਦੇ ਨੇ, ਤੇ ਹੁਣ ਕੀ ਲੱਗਦਾ ਕਿ ਕਿੰਨਾ ਲੰਬਾ ਸਮਾਂ ਆ? ਇਹ ਜੋ ਸਰਕਾਰਾਂ ਦੀਆਂ ਨੀਤੀਆਂ ਜੀ, ਇਹ ਧਰਨਾ ਜਿਹੜਾ ਲੰਮਾ ਵੀ ਚੱਲ ਸਕਦਾ, ਸੰਘੂ ਬਾਰਡਰ ਤੇ ਇਕੱਠੇ ਹੋ ਗਏ, ਕੱਲ ਨੂੰ ਕੋਈ ਵੱਡੀ ਕਾਲ ਵੀ ਆ ਸਕਦੀ ਆ, ਜੋ ਜੋ ਜਥੇਬੰਦੀ ਦੀ ਕਾਲ ਆਏਗੀ ਉੱਤੇ ਪੈਰਾ ਦਵਾਂਗੇ। ਹਮੇਸ਼ਾ ਹੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਮੀਡੀਆ ਕਰਮੀ ਵੀ ਖੜੇ ਰਹੇ ਨੇ, ਪਰ ਮੀਡੀਆ ਕਰਮੀਆਂ ਦੇ ਨਾਲ ਵੀ ਉਸ ਜਗ੍ਹਾ ਦੇ ਵਿੱਚ ਕਿਸਾਨਾਂ ਵੱਲੋਂ ਬੜੀ ਧੱਕੇਸ਼ਾਹੀ। ਚਲੋ ਵੇਖੋ ਕਿਤੇ ਹੋ ਜਾਂਦੇ ਮਟੈਰ, ਉਹਦੀ ਕੱਲ੍ਹ ਉਹਨਾਂ ਸੋਰੀ ਫੀਡ ਵੀ ਕਰ ਲਈ ਆ ਸਾਡੇ ਪ੍ਰਧਾਨਾਂ ਨੇ, ਚਲੋ ਮਾੜੀ ਗੱਲ ਹੈ, ਕਿਤੇ ਹੋ ਜਾਂਦਾ ਜਦੋਂ ਵੀ ਭੱਜਦੀ ਆ, ਨਹੀਂ ਹੋਣਾ ਚਾਹੀਦਾ। ਪੱਤਰਕਾਰ ਇੱਕ ਜਿਹੜਾ ਚੌਥਾ ਥੰਮ ਹੈ ਸਾਡਾ, ਪੱਤਰਕਾਰ ਦੇ ਨਾਲ ਨਹੀਂ ਹੋਣਾ। ਰੇਲਵੇ ਟਰੈਕ ਤੇ ਬਹਿਣ ਦੀ ਬਜਾਏ ਉੱਥੇ ਜਾ ਕੇ ਤੁਹਾਨੂੰ ਸਾਥ ਦੇਣਾ ਚਾਹੀਦਾ ਲੱਗਦਾ? ਵੇਖੋ ਵੱਖੋ ਵੱਖ ਜਥੇਬੰਦੀਆਂ ਸਾਡੀਆਂ ਜਾਂ ਸਖਤ ਮੋਰਚਾ ਆ, ਉਹਦੀ ਕਾਲ ਤੇ ਅਸੀਂ ਬੈਠੇ ਆ, ਕੱਲ ਨੂੰ ਇੱਕ ਸਾਰਾ ਭਾਰਤ ਬੰਦ ਆ, ਇਤਨੇ ਇਕੱਠੀਆਂ ਹੋਈਆਂ, ਜੇ ਉੱਥੇ ਲੋੜ ਪਈ ਤੇ ਉੱਥੇ ਵੀ ਜਾਵਾਂਗੇ, ਮਗਰ ਉਹਨਾਂ ਦੇ ਭਾਰਤ ਬੰਦ ਪੂਰਾ ਸਮਰਥਨ ਹੋਏਗਾ। ਹਾਂਜੀ ਪੂਰਾ ਹੋਏਗਾ ਜੀ। ਅੱਜ ਸਾਡਾ ਤਰਨਤਾਰਨ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹੇ ਦਾ ਜਿਹੜਾ ਇਹ ਰੇਲ ਦੇ ਉੱਤੇ ਰੋਸ ਪ੍ਰੋਟੈਸਟ ਹੈ, ਜਿਹੜਾ 13 ਤਰੀਕ ਨੂੰ ਕਿਸਾਨ ਜਿਹੜੇ ਦਿੱਲੀ ਨੂੰ MSP ਦੀ ਖਰੀਦ ਗਰੰਟੀ ਕਾਨੂੰਨ ਲੈਣ ਵਾਸਤੇ ਤੇ ਸਮੁੱਚਾ ਕਿਸਾਨੀ ਦਾ ਕਰਜ਼ਾ ਖਤਮ ਕਰਾਉਣ ਵਾਸਤੇ ਤੇ ਆਪਣੇ ਬਿਜਲੀ ਐਕਟ 2022 ਨੂੰ ਰੱਦ ਕਰਾਉਣ ਵਾਸਤੇ ਤੇ ਹੋਰ ਮੰਗਾਂ ਦੇ ਨਾਲ ਇਹ ਆਪਣੀ ਸੈਂਟਰ ਸਰਕਾਰ ਨਾਲ ਗੱਲ ਕਰਨ ਜਾ ਰਹੇ ਸੀ, ਜਿਹੜਾ ਰਸਤੇ ਦੇ ਵਿੱਚ ਰੋਕ ਕੇ ਉਹਨਾਂ ਨੂੰ ਸ਼ੰਭੂ ਬਾਰਡਰ ਤੇ ਜਾਂ ਹੋਰ ਪੰਜਾਬ ਦੇ 4 ਥਾਵਾਂ ਤੇ ਰੋਕ ਕੇ ਉਹਨਾਂ ਤੇ ਮਤਲਬ ਲਾਠੀਚਾਰਜ ਕੀਤਾ ਗਿਆ, ਉਹਨਾਂ ਦੇ ਟੀਅਰ ਗੈਸ ਮਾਰੇ ਗਏ, ਉਹਨਾਂ ਦੀਆਂ ਅੱਖਾਂ ਕੱਢੀਆਂ ਗਈਆਂ, ਲੱਤਾਂ ਤੋੜ ਦਿੱਤੀਆਂ, ਉਹਦੇ ਰੋਸ ਵਜੋਂ ਅੱਜ BKJU ਏਕਤਾ ਗੁਰਾਹਾਂ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਸੈਂਟਰ ਸਰਕਾਰ ਦੇ ਖਿਲਾਫ ਜਿਹੜਾ ਰੋਸ ਪ੍ਰਦਰਸ਼ ਕੀਤਾ ਜਾ ਰਿਹਾ ਕਿ ਸਾਨੂੰ ਜਿਹੜੀਆਂ ਸਾਡੀਆਂ ਮੰਗਾਂ ਉਹ ਲਾਗੂ ਕਰ। ਤੇ ਕਿੰਨੇ ਤੋਂ ਕਿੰਨੇ ਆ ਜਿਹੜਾ ਤੁਹਾਡਾ ਧਰਨਾ ਪ੍ਰਦਰਸ਼ਨ ਹੈ, ਕਿੰਨੇ ਤੋਂ ਕਿੰਨੇ ਇਹ? ਸਾਡਾ ਹੈਗਾ ਜੀ 12 ਤੋਂ 3 ਵਜੇ ਤੱਕ। ਤੇ ਕਿਸ ਜਗ੍ਹਾ ਤੇ ਤੁਸੀਂ ਧਰਨਾ ਪ੍ਰਦਰਸ਼ਨ ਕਰ ਰਹੇ? ਅੱਜ ਅਸੀਂ ਵੱਲਾ ਫਾਟਕ ਅੰਮ੍ਰਿਤਸਰ ਜਲੰਧਰ ਜਿਹੜਾ ਮਾਰਗ ਮਤਲਬ ਇਸ ਤਰੀਕੇ ਦੇ ਨਾਲ ਇਹ ਆਪਣਾ ਰੋਸ ਪ੍ਰਦਰਸ਼ਨ ਚੱਲੂਗਾ। ਤੁਹਾਨੂੰ ਲੱਗਦਾ ਨਹੀਂ ਕਿ ਜਿੱਥੇ ਕਿਸਾਨਾਂ ਦੇ ਨਾਲ ਧੱਕੇਸ਼ਾਹੀ ਹੋਈ ਆ, ਜਿੱਥੇ ਤੁਸੀਂ ਦੱਸਦੇ ਕਿ ਉਹਨਾਂ ਦੀਆਂ ਲੱਤਾਂ ਬਾਹਾਂ ਤੋੜੀਆਂ ਗਈਆਂ, ਅੱਖਾਂ ਕੱਢੀਆਂ ਗਈਆਂ, ਤੁਹਾਨੂੰ ਲੱਗਦਾ ਨਹੀਂ ਕਿ ਉੱਥੇ ਜਾ ਕੇ ਉਹਨਾਂ ਦਾ ਸਾਥ ਦਿੱਤਾ ਜਾਂਦਾ ਨਾ ਕਿ? ਦੇਖੋ ਜੀ ਉੱਥੇ ਜਾ ਕੇ ਦਾਂਦੇ ਆਪਣਾ ਜਿਹੜਾ ਰੋਸ ਆ ਇਹ ਮਤਲਬ ਪੰਜਾਬ ਦੀਆਂ ਬਹੁਤ ਜਥੇਬੰਦੀਆਂ ਨੇ, ਆਪਾਂ ਮਤਲਬ ਮਸਲਾ ਸਾਡਾ ਇੱਕੋ ਹੀ ਆ, ਮੰਗ ਇੱਕੋ ਹੀ ਆ, ਕਿਸੇ ਨੇ ਮਗਰੋਂ ਮੋਰਚਾ ਲਾ ਲਿਆ, ਕਿਸੇ ਨੇ ਪਹਿਲਾਂ ਲਾ ਲਿਆ, ਮਤਲਬ ਅਸੀਂ ਉਹਨਾਂ ਦੀ ਹਮਾਇਤ 'ਚ ਹੀ ਆ। ਆਉਣ ਵਾਲੇ ਸਮੇਂ 'ਚ ਅਸੀਂ ਵੀ ਪੰਜਾਬ ਦੇ ਵਿੱਚ 24 ਫਰਵਰੀ ਨੂੰ ਪੰਜਾਬ ਦੀ ਨਵੀਂ ਖੇਤੀ ਨੀਤੀ ਲਾਗੂ ਕਰਾਉਣ ਵਾਸਤੇ ਪੱਕਾ ਮੋਰਚਾ ਲਾ ਰਹੇ ਹਾਂ। ਕਿਸਾਨ ਇੱਕ ਹੀ ਆ ਜੀ, ਕਿਉਂਕਿ ਧੜੇਬਾਜ਼ੀਆਂ ਬੜੀਆਂ ਕਿਸਾਨਾਂ ਦੇ ਵਿੱਚ, ਸਾਰੇ ਇੱਕ ਹੀ ਆ ਜੀ, ਮਸਲਾ ਇੱਕੋ ਹੀ ਆ। ਇਹ ਠੀਕ ਆ ਗੱਲਾਂ ਮਤਲਬ ਵੱਖ ਵੱਖ ਵਿਚਾਰਾਂ ਦੇ ਆ, ਤੇ ਅਸੀਂ ਉਹਨਾਂ ਦੀ ਹਮਾਇਤ ਜਿਹੜੀ ਹੈ ਪੂਰੀ ਕਰਾਂਗੇ ਅੱਜ ਤੇ ਆਉਣ ਵਾਲੇ ਸਮੇਂ 'ਚ 18 ਤਰੀਕ ਨੂੰ ਸੰਯੁਕਤ ਮੋਰਚੇ ਦੀ ਮੀਟਿੰਗ ਆ, ਅਗਲਾ ਐਕਸ਼ਨ ਜਿਹੜਾ ਫਿਰ ਲਈ। ਕਿੰਨੇ ਤੋਂ ਕਿੰਨੇ ਤੁਹਾਡਾ ਅੱਜ ਰੇਲਾ ਰੁਕਾ? ਅੱਜ 12 ਤੋਂ 3 ਵਜੇ। ਅਸੀਂ ਅੱਜ ਸੂਬਾ ਕਮੇਟੀ ਦੇ ਸੱਦੇ ਤੇ ਅੱਜ ਜਿਹੜੀ ਰੇਲ ਡੱਕੀ ਆ, ਕਿਉਂਕਿ ਕਿਸਾਨ ਜਿਹੜੇ ਸਾਡੇ ਦਿੱਲੀ ਜਾ ਰਹੇ ਸੀ ਹਰਿਆਣੇ ਬਾਰਡਰਾਂ 'ਤੇ, ਉਹਨਾਂ ਨੂੰ ਤਕਰੀਬਨ ਇੰਨਾ ਜ਼ੁਲਮ ਢਾਇਆ ਗਿਆ ਕਿ ਜਿਵੇਂ ਪਾਕਿਸਤਾਨ ਜਾਂ ਦੂਸਰੇ ਦੇਸ਼ ਦੀ ਨਾਲ ਕੋਈ ਲੜਾਈ ਹੋਵੇ, ਕਿਉਂਕਿ ਹੱਕੀ ਮੰਗਾਂ ਜਿਹੜੀਆਂ ਮੰਨੀਆਂ ਹੋਈਆਂ ਸਰਕਾਰ ਨੇ ਉਹ ਲਾਗੂ ਕਰਾਉਣ ਜਾ ਰਹੇ ਸੀ, ਤਾਂ ਸਰਕਾਰ ਨੇ ਗਾੜੀਓ ਕਿਸਾਨਾਂ 'ਤੇ ਇੰਨਾ ਤਸ਼ੱਦਦ ਢਾਇਆ ਕਿ ਜਿਵੇਂ ਕਿ ਦੂਜੇ ਦੇਸ਼ ਨਾਲ ਕੋਈ ਲੜਾਈ ਲੜਨੀ ਹੋਵੇ, ਕਿਉਂਕਿ ਹੱਥੇ ਲੋਕਾਂ 'ਤੇ ਜ਼ੁਲਮ ਢਾਉਣਾ
ਸਰਕਾਰ ਦਾ ਕੰਮ ਨਹੀਂ, ਕਿਉਂਕਿ ਸਰਕਾਰ ਇੱਕ ਮਾਂ ਹੁੰਦੀ ਆ, ਉਹਦੇ ਕੋਲੋਂ ਕੁਝ ਨਾ ਕੁਝ ਮੰਗਣ ਵਾਸਤੇ ਗਏ ਸੀ। ਖਾਸ ਕਰਕੇ ਗੱਲ ਤੇ ਇਹ ਸੀ ਕਿ ਜਿਹੜੇ ਮੰਗੀਆਂ ਹੋਈਆਂ ਮੰਨਾਂ ਜੇ ਮੰਗਾਂ ਸੀ ਉਹ ਲਾਗੂ ਕਰਵਾਉਣ ਵਾਸਤੇ ਕਹਿ ਰਹੇ ਸੀ, ਕੋਈ ਇੱਡੀ ਵੱਡੀ ਕੋਈ ਗੱਲ ਲੜਾਈ ਨਹੀਂ ਸੀ। ਇਸ ਕਰਕੇ ਸਰਕਾਰ ਨੇ ਗਿਣ ਮਿਸ ਕੇ ਕਾਰਪੋਰੇਟ ਘਰਾਣਿਆਂ ਨੂੰ ਮੁਨਾਫੇ ਦੇਣ ਵਾਸਤੇ ਜ਼ੋਰ ਦਿੱਤਾ ਹੋਇਆ ਅਤੇ ਕਿਸਾਨਾਂ ਦਾ ਹਮੇਸ਼ਾ ਹੀ ਗਾਲ ਘੁੱਟਣ 'ਤੇ ਜ਼ਿਆਦਾ ਜ਼ੋਰ ਲੱਗਾ ਹੋਇਆ। ਇਸ ਕਰਕੇ ਅਸੀਂ ਉਹ ਜਿਹੜਾ ਉਹਨਾਂ ਕਿਸਾਨਾਂ 'ਤੇ ਲਾਠੀਚਾਰਜ ਕੀਤਾ ਗਿਆ, ਉਹਨਾਂ ਦੇ ਬਹੁਤ ਵੱਡੇ ਸ਼ਬਦਾਂ 'ਚ ਨਿਖੇਧੀ ਕਰਦੇ ਹਾਂ, ਕਿਉਂਕਿ ਇਹਨਾਂ ਸਰਕਾਰਾਂ ਇਸ 'ਚ ਪਾਪੀ ਸਰਕਾਰਾਂ ਜਿਹੜੀਆਂ ਨੇ ਉਹਨਾਂ ਦਾ ਅਸੀਂ ਲਗਾਤਾਰ ਨਿਖੇਧੀ ਕਰਦੇ ਹਾਂ। ਪ੍ਰਧਾਨ ਸਾਹਿਬ, ਤੁਹਾਨੂੰ ਲੱਗਦਾ ਨਹੀਂ ਕਿ ਰੇਲਾਂ ਰੋਕਣ ਦੀ ਬਜਾਏ ਜਿੱਥੇ ਕਿਸਾਨ ਸੰਘਰਸ਼ ਕਰਦੇ ਪਏ ਉੱਥੇ ਪਹੁੰਚਦੇ ਸੀ ਸਾਰੇ? ਦੇਖੋ ਜੀ, ਆਪਾਂ ਸਾਰੀਆਂ ਜਥੇਬੰਦੀਆਂ ਲੱਗੀਆਂ ਹੋਈਆਂ ਆ ਵੱਖ ਵੱਖ ਤਰੀਕੇ ਨਾਲ। ਅਸੀਂ ਤਕਰੀਬਨ 6 ਤੋਂ ਲੈ ਕੇ 10 ਤੱਕ ਅੱਗੇ ਜ਼ਿਲ੍ਹੇ ਪੱਧਰੀ ਡੀਸੀਆਂ ਦੇ ਧਰਨੇ ਦਿੱਤੇ ਨੇ। ਹੁਣ ਗਾਂ ਸਾਡਾ ਪ੍ਰੋਗਰਾਮ ਜਿਹੜਾ ਚੰਡੀਗੜ੍ਹ ਨੂੰ ਜਾਂਦਾ, ਪੰਜਾਬ ਨਾਲ ਜਿਹੜੇ ਮਕਸਦ ਸਾਡੇ ਹੈਗੇ ਏਜੰਡੇ ਜਿਹੜੇ ਪੰਜਾਬ ਨਾਲ ਜੁੜੀਆਂ ਹੋਈਆਂ ਮੰਗਾਂ ਨੇ, ਉਹ ਚੰਡੀਗੜ੍ਹ 'ਚ ਉਹ ਤੋਂ ਬਾਅਦ 24 ਤੋਂ ਬਾਅਦ 'ਚ ਅਗਲਾ ਪ੍ਰੋਗਰਾਮ ਜਿਹੜਾ ਅਸੀਂ ਸਾਰਾ ਉੱਥੇ ਲੀਕ ਕੇ ਜਾ ਰਹੇ ਹਾਂ ਦਿੱਲੀ। ਜਿਹੜਾ ਜੀ ਮੋਦੀ ਸਰਕਾਰ ਨੇ ਦੇਖੋ ਆਪਣੇ ਕਿਸਾਨਾਂ ਨੂੰ ਰੋਕਿਆ, ਜਿਹੜਾ ਸਾਡਾ ਇੱਕ ਡੈਮੋਕਰੇਟਿਕ ਹੱਕ ਹੈ, ਅਸੀਂ ਪ੍ਰਦਰਸ਼ਨ ਕਰ ਸਕਦੇ ਹਾਂ ਅਤੇ ਪੀਸਫੁੱਲ ਪ੍ਰਦਰਸ਼ਨ ਕਰਦੇ ਹਾਂ। ਤੁਸੀਂ ਪਹਿਲਾਂ ਵੀ 2 ਸਾਲ ਪਹਿਲਾਂ ਦੇਖਿਆ ਜਿੰਨਾ ਕਿਸਾਨਾਂ ਨੇ ਪੀਸਫੁੱਲ ਰਹਿ ਕੇ ਕਰੇ ਆ ਅੰਦੋਲਨ, ਉਨਾ ਕਿਸੇ ਨੇ ਵੀ ਨਹੀਂ ਕਰਿਆ। ਇਹ ਚੀਜ਼ ਦਾ ਇੱਕ ਸਾਰੀ ਦੁਨੀਆ ਨੂੰ ਪੰਜਾਬ ਦੇ ਫਾਰਮਰਸ ਨੇ ਸੇਧ ਦਿੱਤੀ ਹੈ। ਸਾਡੇ ਉਹ ਡੈਮੋਕਰੇਟਿਕ ਹੱਕ ਸਾਡੇ ਤੋਂ ਖੋਏ ਜਾ ਰਹੇ ਨੇ, ਜਿਹੜੀਆਂ ਆਪਣੀਆਂ ਮੰਗਾਂ ਨੇ ਇਹ ਜਾਇਜ਼ ਨੇ ਨਹੀਂ ਜਾਇਜ਼, ਇਹ ਤਾਂ ਬਾਅਦ 'ਚ ਦੇਖਣੀ ਗੱਲ ਹੈ ਜਦ ਮੀਟਿੰਗਸ ਹੋਣਗੀਆਂ। ਪਰ ਜਿਹੜਾ ਸਾਡਾ ਡੈਮੋਕਰੇਟਿਕ ਰਾਈਟ ਹੈ ਉਹਦੇ ਤੋਂ ਸਾਨੂੰ ਵੰਚਿਤ ਨਹੀਂ ਰੱਖਿਆ ਜਾਣਾ ਚਾਹੀਦਾ। ਇਹ ਬਹੁਤ ਜ਼ਰੂਰੀ ਹੈ, ਜਿਹੜੀ ਇਹ ਕੌਂਸਟੀਟਿਊਸ਼ਨ ਆਫ ਇੰਡੀਆ ਨੂੰ ਬਚਾਉਣ ਲਈ ਇਹ ਬਹੁਤ ਜ਼ਰੂਰੀ ਹੈ ਵੀ ਜਿਹੜੇ ਆਪਣੇ ਹੱਕ ਨੇ ਉਹ ਸਰਕਾਰ ਵੱਲੋਂ ਰੋਕੇ ਨਾ ਜਾਣ, ਕਿਸਾਨਾਂ ਨੂੰ ਜੁਰਮ ਨਾ ਢਾਇਆ ਜਾਵੇ। ਜਿਹੜੇ ਵੈਪਨਸ ਯੂਜ਼ ਕਰ ਰਹੇ ਨੇ ਉਹ ਬਹੁਤ ਨਜਾਇਜ਼ ਨੇ, ਉਹ ਵੈਪਨਸ ਭੀੜ 'ਤੇ ਯੂਜ਼ ਨਹੀਂ ਕਰ ਸਕਦੇ, ਵਰਲਡ ਦੀਆਂ ਇੰਸਟਰਕਸ਼ਨਸ ਨੇ ਉਹਦੇ ਮੁਤਾਬਕ। ਅਤੇ ਮੋਦੀ ਸਰਕਾਰ ਸਭ ਕੁਛ ਸਾਡੇ ਅਗੇਂਸਟ ਕਰ ਰਹੀ ਹੈ। ਇਹਦੀ ਪ੍ਰੋਟੈਸਟ 'ਚ ਅਸੀਂ 4 ਘੰਟੇ ਲਈ ਟੋਲ ਫਰੀ ਕਰੇ ਨੇ। ਕੱਲ੍ਹ ਨੂੰ 16 ਤਰੀਕ ਨੂੰ ਅਸੀਂ ਬੰਦ ਡਿਕਲੇਅਰ ਕਰਿਆ ਪੂਰੇ ਦਿਨ ਦਾ ਜੀ, ਅਤੇ 11 ਤੋਂ ਲੈ ਕੇ 2 ਵਜੇ ਤੱਕ ਅਸੀਂ ਸੇਮ ਟਾਈਮਿੰਗਸ ਦੇ ਵਿੱਚ ਅਸੀਂ ਟ੍ਰੈਫਿਕ ਵੀ ਜਾਮ ਕਰਾਂਗੇ ਜੀ। ਦੇਖੋ ਜਿਹੜੇ ਅੱਜ ਦੇ ਰੀਸੈਂਟਲੀ ਧਰਨੇ ਹੋਏ ਨੇ, ਕੱਲ੍ਹ ਜਿਹੜੀਆਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਨਾ, ਕੱਲ੍ਹ ਉਹਨਾਂ ਦੀ ਮੀਟਿੰਗ ਸੀ ਜਲੰਧਰ, ਉੱਥੋਂ ਇਹ ਉਲੀਕੇ ਗਏ ਨੇ। ਜਿਹੜਾ ਤਸ਼ੱਦਦ ਕੇਂਦਰ ਗੌਰਮੈਂਟ ਮਤਲਬ ਪੰਜਾਬ ਦੀਆਂ ਸਰਹੱਦਾਂ 'ਤੇ ਕਿਸਾਨਾਂ 'ਤੇ ਕਰ ਰਹੀ ਹੈ, ਰੀਸੈਂਟਲੀ ਉਹਦੇ ਖਿਲਾਫ ਇਹ ਕੀਤੇ ਗਏ ਨੇ। ਅਤੇ ਕਿਉਂਕਿ ਅਸੀਂ ਹਮਾਇਤ ਕਰਦੇ ਹਾਂ ਕੋਈ ਵੀ ਕਿਸਾਨ ਧਿਰ ਹੈ ਜਿਹੜੀ ਕਿਸਾਨੀ ਹਿੱਤਾਂ ਲਈ ਲੜਦੀ ਹੈ ਔਰ ਕਿਸਾਨੀ ਮੰਗਾਂ 'ਤੇ ਆਪਣਾ ਧਿਆਨ ਧਰਦੀ ਹੈ, ਉਹਦੇ ਪਰ ਸਾਰਿਆਂ ਦਾ ਮਤ ਇੱਕੋ ਹੀ ਹੈ। ਕਿਉਂਕਿ ਜਦੋਂ ਸਾਨੂੰ ਦਿੱਲੀ ਤੋਂ ਉਠਾਇਆ ਗਿਆ 2021 'ਚ ਦਸੰਬਰ ਦੇ ਵਿੱਚ, ਕੇਂਦਰ ਗੌਰਮੈਂਟ ਨੇ ਇੱਕ ਵਾਅਦਾ ਕੀਤਾ ਸੀ, ਇਹ ਲਿਖਤੀ ਮੰਗਾਂ ਤੀਆਂ ਸਾਡੀਆਂ ਜਿਹੜੀਆਂ ਸਾਰੀਆਂ, MSP ਦੀ, ਸਵਾਮੀਨਾਥਨ ਰਿਪੋਰਟ ਦੀ, ਕੇਸ ਵਾਪਸੀ ਦੀ, ਹੋਰ ਕਿੰਨੀ ਮੰਗਾਂ ਇਹਦੇ ਵਿੱਚ ਤੀਆਂ। ਅਤੇ ਇਹਦੇ ਵਿੱਚ ਜਿਹੜੀ ਨਵੀਂ ਮੰਗ ਕੋਈ ਸਾਲ ਤੋਂ ਬਾਅਦ ਜੋੜੀ ਗਈ ਹੈ ਉਹ ਹੈ ਕਿਸਾਨੀ ਅਤੇ ਮਜ਼ਦੂਰ ਸਿਰ ਜੋ ਸਰਕਾਰ ਦੀਆਂ ਗਲਤੀਆਂ ਕਰਕੇ ਚਾੜਿਆ ਹੋਇਆ ਕਰਜ਼ਾ ਉਸ ਨੂੰ ਖਤਮ ਕਰਨਾ। ਕਿਉਂਕਿ ਕੇਂਦਰ ਸਰਕਾਰ ਹਮੇਸ਼ਾ ਹੀ ਬੜੇ ਬੜੇ ਪੂੰਜੀਪਤੀਆਂ ਦੀ, ਅਰਬਪਤੀਆਂ ਦੇ ਅਰਬਾਂ ਰੁਪਈਏ ਹਰ ਸਾਲ ਵੱਟੇ ਖਾਤੇ ਖਾ ਕੇ ਮਾਫ਼ ਕਰ ਦਿੰਦੀ ਹੈ, ਪਰ ਜਦੋਂ ਕਿਸਾਨ ਮਜ਼ਦੂਰ ਦੇ ਕਰਜ਼ੇ ਦੀ ਗੱਲ ਆਉਂਦੀ ਹੈ ਤਾਂ
ਲੋਕਾਂ 'ਤੇ ਹਾਹਾਕਾਰ ਮੱਚ ਜਾਂਦੀ ਹੈ, ਇਹ ਜ਼ਰੂਰੀ ਹੈ। ਸੋ ਇਹ ਸਾਰਾ ਜਿਹੜਾ ਅੱਜ ਦਾ ਅਸੀਂ ਕਰ ਰੀਸੈਂਟਲੀ ਕੋਰਸ 3 ਘੰਟੇ ਦਾ ਕਰ ਰਹੇ ਹਾਂ, ਉਹ ਉਹਨਾਂ ਦੇ ਹੱਕ 'ਚ ਹੈ ਜਿਹੜੇ ਇਸ ਟਾਈਮ ਮਤਲਬ ਹੱਦਾਂ ਦੇ ਉੱਪਰ ਸਾਡੇ ਭਾਈ ਬੈਠੇ ਨੇ 2 ਦਿਨ ਤੋਂ। ਔਰ ਉਹਨਾਂ 'ਤੇ ਇੱਕ ਇਸ ਤਰ੍ਹਾਂ ਤਸ਼ੱਦਦ ਕੀਤਾ ਜਾ ਰਿਹਾ ਜਿਵੇਂ ਅਸੀਂ ਕੋਈ ਬਾਹਰਲੇ ਮੁਲਕ ਦੇ ਹੁੰਦੇ ਹਾਂ, ਵਿਦੇਸ਼ੀ ਹੁੰਦੇ ਹਾਂ, ਜਿਵੇਂ ਕੋਈ ਅਸੀਂ ਦੁਸ਼ਮਣ ਹੁੰਦੇ ਹਾਂ ਦੇਸ਼ ਦੇ। ਪਰ ਕੇਂਦਰ ਇਸ ਗੱਲ ਨੂੰ ਸਮਝ ਲਵੇ ਸਵਾਰ ਕੇ, ਅਸੀਂ ਸਾਰੇ ਇੱਕ ਰਹਾਂਗੇ, ਇੱਕ ਰਹਿ ਕੇ ਹੀ ਲੜਾਂਗੇ ਅਤੇ ਇੱਕ ਰਹਿ ਕੇ ਹੀ ਜਿੱਤ ਪ੍ਰਾਪਤ ਕਰਾਂਗੇ।